ਹੈਲੋ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਮੈਂ ਲੱਗੀ ਹਾਂ ਜੀ ਦਾਲ ਬਣਾਉਣ, ਅੱਜ ਤੌੜੀ ਦੇ ਵਿੱਚ ਕਾਫੀ ਦਿਨਾਂ ਬਾਅਦ ਦਾਲ ਬਣਾਉਣ ਲੱਗੀ ਹਾਂ। ਅਤੇ ਬਣਾਵਾਂਗੇ ਜੀ ਆਪਾਂ ਤੌੜੀ ਦੇ ਵਿੱਚ। ਇਹ ਲਓ ਜੀ ਤੌੜੀ ਆਪਾਂ ਰੱਖ ਦਿੱਤੀ ਹੈ ਪਾਣੀ ਪਾ ਕੇ। ਦਾਲ ਬਣਾਵਾਂਗੀ ਜੀ ਅੱਜ ਮੈਂ ਮਿਕਸ ਮਾਂਹ ਛੋਲਿਆਂ ਦੀ ਦਾਲ ਬਣਾਵਾਂਗੀ। ਚਲੋ ਆਪਾਂ ਮਿਕਸ ਕਰਕੇ ਪਹਿਲਾਂ ਇਹਨੂੰ ਧੋਈਏ ਜੀ। ਆਪਾਂ ਦਾਲ ਮਾਂਹ ਛੋਲਿਆਂ ਦੀ ਹੁਣ ਆਪਾਂ ਨੂੰ ਧੋਣੇ ਆ। ਜੀ ਦਾਲ ਆਪਾਂ ਧੋਤੀ ਹੈ, ਆਪਾਂ ਦਾਲ ਸਭ ਤੋਂ ਪਹਿਲਾਂ ਆਪਾਂ ਨਮਕ ਅਤੇ ਹਲਦੀ ਮਿਰਚ ਵਗੈਰਾ ਪਾ ਦਾਂਗੇ। ਝੱਗ ਜੀ ਕੱਢ ਦੇਵਾਂ ਵਿੱਚੋਂ ਥੋੜ੍ਹੀ ਜਿਹੀ, ਫਿਰ ਨਮਕ ਮਿਰਚ ਪਾਉਂਦੇ ਹਾਂ। ਅਤੇ ਹੁਣ ਆਪਾਂ ਨਾ ਥੋੜ੍ਹਾ ਜਿਹਾ ਤੇਲ ਪਾਵਾਂਗੇ ਸਰ੍ਹੋਂ ਦਾ, ਦਾਲ ਫਿਰ ਬਾਹਰ ਨਹੀਂ ਨਿਕਲੂਗੀ। ਦਾਲ ਆਪਣੀ ਰੇਜੇ ਪੈ ਗਈ ਹੈ, ਬਸ ਥੋੜ੍ਹੀ ਜਿਹੀ ਮੀਡੀਅਮ ਫਲੇਮ ਕਰ ਦੇਣੀ ਆਪਾਂ ਨੇ। ਆਪਾਂ ਥੋੜ੍ਹਾ ਜਿਹਾ ਢੱਕਣ ਲਗਾ ਦਿੰਦੇ ਹਾਂ। ਜੀ ਮੇਰੀ ਦਾਲ ਗਈ ਹੈ ਬਣ, ਅਤੇ ਹੁਣ ਆਪਾਂ ਇਹਨੂੰ ਘੋਟ ਦੇਵਾਂਗੇ। ਫਿਰ ਆਪਾਂ ਲਗਾਵਾਂਗੇ ਜੀ ਇਹਨੂੰ ਤੜਕਾ। ਹਰੀਆਂ ਮਿਰਚਾਂ ਅਤੇ ਲਸਣ ਵੀ ਮੈਂ ਪਹਿਲਾਂ ਹੀ ਪਾ ਦਿੱਤਾ ਸੀ, ਅਤੇ ਹੁਣ ਆਪਾਂ ਪਿਆਜ਼ ਅਦਰਕ ਟਮਾਟਰ ਦਾ ਤੜਕਾ ਲਗਾਵਾਂਗੇ। ਦੇਖੋ ਕਿੰਨੀ ਵਧੀਆ ਬਣ ਗਈ ਦਾਲ। ਲਓ ਜੀ ਤੜਕਾ ਆਪਣਾ ਲੱਗ ਰਿਹਾ ਹੈ। ਹੁਣ ਆਪਾਂ ਵਿੱਚ ਇਹਦੇ ਟਮਾਟਰ ਦਾ ਪੇਸਟ ਪਾ ਦੇਣਾ, ਅਤੇ ਕੁਛ ਆਪਾਂ ਮਸਾਲੇ ਪਾਵਾਂਗੇ। ਮੈਂ ਜੀਰਾ ਨਹੀਂ ਸੀ ਪਾਇਆ ਹੈਗਾ, ਅੱਜ ਕੁੱਟਿਆ ਹੋਇਆ ਜੀਰਾ ਮੇਰੇ ਕੋਲ, ਜੀਰਾ ਔਰ ਮੈਂ ਧਨੀਆ ਕੁੱਟਿਆ ਹੋਇਆ ਉਹ ਪਾਵਾਂਗੀ। ਲਓ ਜੀ ਤੜਕਾ ਆਪਣਾ ਲੱਗ ਗਿਆ, ਹੁਣ ਆਪਾਂ ਪਾ ਦਿੰਦੇ ਜਿਹਦੇ ਵਿੱਚ ਹਰਾ ਹਰਾ ਫਰੈਸ਼ ਧਨੀਆ। ਹਾਂਜੀ ਰਾਤ ਦਾ ਟਾਈਮ ਹੈਗਾ ਹੈ ਜੀ, ਅਸੀਂ ਨੀਚੇ ਆਏ ਸੀ, ਦੇਖੋ ਬੰਬ ਪਟਾਕੇ ਚੱਲ ਰਹੇ ਨੇ, ਆਤਿਸ਼ਬਾਜ਼ੀਆਂ ਜੀ। ਬੜਾ ਹੀ ਖੁਸ਼ੀ ਦਾ ਦਿਨ ਹੈਗਾ ਹੈ। ਪ੍ਰੀਤ ਢਿੱਲੋਂ ਦਾ ਬ੍ਰਦਰ ਹੈਗਾ ਹੈ ਜੀ ਉਹ, ਆਹ ਦੇਖੋ ਮੰਨੂ, ਮੰਨੂ 4.5 ਸਾਲ ਬਾਅਦ ਇੰਡੀਆ ਆਇਆ ਹੈ, ਅਤੇ ਉਹਦੇ ਆਉਣ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀਆਂ ਚਲਾਈਆਂ ਨੇ ਪ੍ਰੀਤ ਨੇ ਆਪਣੇ ਬ੍ਰਦਰ ਦੇ ਆਉਣ ਦੀ ਖੁਸ਼ੀ ਵਿੱਚ।
ਨੀਚੇ ਅਸੀਂ ਖੜ੍ਹੇ ਹਾਂ ਅਤੇ ਇਹਦੇ ਮੰਮਾ ਨੂੰ ਉਡੀਕ ਰਹੇ ਹਾਂ। ਮੰਮਾ ਨੂੰ ਉਹਨਾਂ ਦੱਸਿਆ ਨਹੀਂ ਸੀਗਾ, ਸਰਪ੍ਰਾਈਜ਼ ਦਿੱਤਾ ਹੈ ਉਹਨਾਂ ਨੇ, ਅਤੇ ਹੁਣ ਉਹਨਾਂ ਦੀ ਵੇਟ ਕਰ ਰਹੇ ਹਾਂ। ਕਿਵੇਂ ਲੱਗ ਰਹੀ ਪ੍ਰੀਤ? ਹਾਂਜੀ ਮੈਨੂੰ ਕਿਵੇਂ ਲੱਗ ਰਿਹਾ ਹੈ? ਕਿੰਨੇ ਸਾਲ ਬਾਅਦ ਹੈ? ਸਾਢੇ ਚਾਰ ਸਾਲ ਬਾਅਦ। ਜਗਮੀਤ ਗਿਆ ਨੀਚੇ, ਸਾਢੇ ਚਾਰ ਸਾਲਾਂ ਬਾਅਦ ਆ ਗਿਆ ਜੀ ਮੰਨੂ ਦੇ ਮੰਮਾ। ਦੇਖੋ ਕਿੱਦਾਂ ਦੌੜੇ ਆ ਰਹੇ ਨੇ, ਉਹਨਾਂ ਨੂੰ ਕੁਛ ਵੀ ਨਹੀਂ ਸੋਚ ਰਿਹਾ ਹੈਗਾ। ਵਾਹ, ਬਹੁਤ ਹੀ ਇਮੋਸ਼ਨਲ ਜਿਹਾ ਟਾਈਮ ਹੈਗਾ ਏ। ਪਤਾ ਲੱਗ ਗਿਆ ਸੀ ਹੈ, ਇਹ ਲੈ ਪਤਾ ਲੱਗ ਗਿਆ ਹੈ। ਖੁਸ਼ ਖੁਸ਼ ਹੋਵੋ। ਹਾਂ ਮੈਂ ਮੈਨੂੰ ਨਾਲ ਕਰਕੇ ਹੁੰਦੇ ਆ।